ਹੁਸ਼ਿਆਰਪੁਰ ਦੀ ਹੋਮ ਫੋਰ ਦਾ ਹੋਮਲੈਸ ਸੰਸਥਾ ਵੱਲੋਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਬਣਾ ਕੇ ਦਿੱਤੇ ਜਾ ਰਹੇ ਘਰਾਂ ਦੀ ਮੁਹਿੰਮ ਤਹਿਤ ਸੰਸਥਾ ਵੱਲੋਂ 25ਵੇਂ ਘਰ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਪ੍ਰਸਿੱਧ ਗਾਇਕ ਜਸਵੀਰ ਜੱਸੀ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਘਰ ਦਾ ਨੀਂਹ ਪੱਥਰ ਰੱਖਿਆ ਗਿਆ। ਗੱਲਬਾਤ ਦੌਰਾਨ ਜਸਵੀਰ ਜੱਸੀ ਨੇ ਕਿਹਾ ਕਿ ਅੱਜ ਉਹਨਾਂ ਨੂੰ ਇੱਥੇ ਪਹੁੰਚ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਹਨਾਂ ਨੂੰ ਘਰ ਦਾ ਨੀਂਹ ਪੱਥਰ ਰੱਖਣ ਦਾ ਮੌਕਾ ਮਿਲਿਆ। ਉਹਨਾਂ ਹੋਰਨਾਂ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਸਮਾਜ ਸੇਵਾ ਪ੍ਰਤੀ ਭਾਵਨਾ ਰੱਖਦਿਆਂ ਹੋਇਆਂ ਅਜਿਹੇ ਕਾਰਜਾਂ 'ਚ ਵੱਧ ਚੜ੍ਹ ਕੇ ਭਾਗ ਲੈਣ। ਇਸ ਮੌਕੇ ਸੰਸਥਾ ਦੇ ਮੁਖੀ ਵਰਿੰਦਰ ਪਰਹਾਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਸੰਸਥਾ ਵੱਲੋਂ 24 ਘਰ ਬਣਾ ਕੇ ਲੋਕਾਂ ਦੇ ਸਪੁਰਦ ਕੀਤੇ ਜਾ ਚੁੱਕੇ ਨੇ। ਉਹਨਾਂ ਦੱਸਿਆ ਕਿ ਸੰਸਥਾ ਵੱਲੋਂ ਬਣਾ ਕੇ ਦਿੱਤੇ ਜਾ ਰਹੇ ਇੱਕ ਘਰ 'ਤੇ ਤਕਰੀਬਨ 1.5 ਤੋਂ 2 ਲੱਖ ਰੁਪਏ ਤੱਕ ਦਾ ਖਰਚ ਆਉਂਦਾ ਹੈ। ਹੁਸ਼ਿਆਰਪੁਰ ਤੋਂ ਚੇਤਨ ਕਸ਼ਯਪ ਅਤੇ ਗੋਵਿੰਦਜੀਤ ਸਿੰਘ ਦੀ ਰਿਪੋਰਟ। ਦੇਖੋ, ਅਸੀਂ ਬਹੁਤ ਵੱਡੇ ਵੱਡੇ ਪ੍ਰੋਗਰਾਮਾਂ ਵਿੱਚ ਜਾਂਦੇ ਹਾਂ, ਪਰ ਮੈਨੂੰ ਲੱਗਦਾ ਜੋ ਅੱਜ ਰੂਹ ਤੋਂ ਖੁਸ਼ੀ ਮਿਲੀ ਹੈ ਨਾ ਗੁਰਦੀਪ ਭਾਅ ਜੀ ਹੋਣਾ ਦਾ, ਪ੍ਰਿਹਾਰ ਸਾਹਿਬ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਇਹਨਾਂ ਨੇ ਇਸ ਸ਼ੁਭ ਕੰਮ ਵਾਸਤੇ, ਇੰਨੇ ਪਵਿੱਤਰ ਕੰਮ ਵਾਸਤੇ, ਰੂਹਦਾਰੀ ਦਾ ਜਿਹੜਾ ਕੰਮ ਹੈਗਾ, ਐਕਚੁਅਲ ਜਿਹੜਾ ਸੱਚੀ ਸੇਵਾ ਆ ਕਿ ਆਪਣਾ ਖੋਲ੍ਹਣ ਵਾਸਤੇ ਇੱਕ ਦਰ ਹੋਵੇ ਅਤੇ ਰਹਿਣ ਵਾਸਤੇ ਘਰ ਹੋਵੇ, ਰੋਟੀ ਕੱਪੜਾ ਅਤੇ ਮਕਾਨ ਜਿਹੜਾ ਹੈ, ਅਤੇ ਤੁਸੀਂ ਇੰਨੀ ਸੇਵਾ ਕਰ ਰਹੇ ਹੋ ਔਰ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਭਾਅ ਜੀ ਕਿ ਤੁਸੀਂ, ਅਸੀਂ ਲੋਕ ਤਾਂ ਨਹੀਂ ਇੰਨਾ ਕਰ ਸਕਦੇ ਕਿਉਂਕਿ ਬਹੁਤ ਮੁਸ਼ਕਿਲ ਹੁੰਦਾ ਇਸ ਆਪਣੇ ਆਪ ਨੂੰ ਤਿਆਗ ਕੇ ਫਿਰ ਸਾਰਾ ਕੁਛ ਇਹੋ ਜਿਹੀਆਂ ਚੀਜ਼ਾਂ ਕਰਨੀਆਂ ਪੈਂਦੀਆਂ ਨੇ, ਪਰ ਚਲੋ ਇਸ ਕੰਮ ਦੇ ਵਿੱਚ ਮੇਰਾ ਵੀ ਹੱਥ ਲਵਾਇਆ ਇੱਟ ਨੂੰ ਭਾਅ ਜੀ ਹੋਣਾ ਨੇ, ਬਹੁਤ ਬਹੁਤ ਮਿਹਰਬਾਨੀ ਔਰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ। ਥੈਂਕ ਯੂ ਸੋ ਮੱਚ। ਥੈਂਕ ਯੂ। ਮੇਰਾ ਨਾਮ ਵਰਿੰਦਰ ਸਿੰਘ ਪਰਹਾਰ ਹੈ ਜੀ। ਸਾਡੀ ਸੰਸਥਾ ਹੋਮ ਫੋਰ ਦੀ ਹੋਮਲੈਸ, ਜੋ ਕਿ ਬੇਘਰਿਆਂ ਦੇ ਬਹੁਤ ਅਤ ਗਰੀਬੀ ਦੇ ਵਿੱਚ ਜੋ ਲੋਕ ਜ਼ਿੰਦਗੀ ਬਤੀਤ ਕਰ ਰਹੇ ਹਨ 21ਵੀਂ ਸਦੀ ਦੇ ਵਿੱਚ ਵੀ, ਉਹਨਾਂ ਦੇ ਘਰ ਬਣਾਉਣ ਦਾ ਸਾਡਾ ਉਪਰਾਲਾ ਹੈ, ਉਦੇਸ਼ ਹੈ। ਅਤੇ ਅੱਜ ਅਸੀਂ 25ਵੇਂ ਘਰ ਦੀ ਸ਼ੁਰੂਆਤ ਕਰਨ ਆਏ ਹਾਂ। ਇੱਕ ਰਾਮਦਾਸ ਨਾਮ ਦਾ ਇਹ ਬੰਦਾ ਹੈ, ਅਪਾਹਜ ਹੈ ਬਿਲਕੁਲ, ਲੱਤਾਂ ਚੱਲਦੀਆਂ ਨਹੀਂ, ਅਤੇ ਜਿਹੜਾ ਕਿ ਮੰਗ ਕੇ ਗੁਜ਼ਾਰਾ ਕਰਦਾ ਆਪਣਾ ਬੱਸ ਸਟੈਂਡ 'ਤੇ ਜਾ ਕੇ। ਅਤੇ ਪਤਨੀ ਵੀ ਇਹਦੀ ਪਾਜ ਹੈ, ਅਤੇ 4 ਬੱਚੇ ਆ ਇਹਨਾਂ ਦੇ, ਝੁੱਗੀ ਦੇ ਵਿੱਚ ਰਹਿ ਰਹੇ ਸਾਰੀ ਜ਼ਿੰਦਗੀ ਦੇ ਜਦੋਂ ਦੇ ਵੀ ਹੈਗੇ ਇੱਥੇ। ਅਤੇ ਅਸੀਂ ਇਹਨਾਂ ਦੀ ਤਰਸਯੋ ਹਾਲਾਤ ਨੂੰ ਦੇਖਦੇ ਹੋਏ ਇਹਨਾਂ ਦੇ ਘਰ ਬਣਾਉਣ ਦਾ ਫੈਸਲਾ ਕੀਤਾ। ਕਾਫੀ ਦੇਰ ਤੋਂ ਵਿਚਾਰੇ ਸਾਨੂੰ ਰਿਕੁਐਸਟ ਕਰ ਰਹੇ ਸੀ, ਬੇਨਤੀ ਕਰ ਰਹੇ ਸੀ। ਕਿੰਨੇ ਹਾਲੇ ਦਾ ਘਰ ਬਣ ਚੁੱਕੇ ਆ ਔਰ ਤੁਹਾਡਾ ਟੀਚਾ ਕਿੰਨੇ ਘਰਾਂ ਦਾ ਆ? 24 ਘਰ ਬਣ ਚੁੱਕੇ ਆ ਜੀ, ਤੇ ਜਿਹੜਾ 25ਵਾਂ ਅੱਜ ਅਸੀਂ ਸ਼ੁਰੂ ਕਰ ਰਹੇ ਹਾਂ, ਤੇ ਟੀਚਾ ਸਾਡਾ 250 ਦੇ ਕਰੀਬ ਹੈਗਾ ਇਸ ਮੁਹੱਲੇ ਦੇ ਵਿੱਚ। ਤੇ ਇਸ ਤੋਂ ਬਾਅਦ ਅਸੀਂ ਹੋਰ ਵੀ ਵਧਾਂਗੇ, ਹੋਰ ਵੀ ਇਲਾਕੇ ਹਨ ਜਿੱਥੇ ਕਿ ਲੋੜਵੰਦ ਬਹੁਤ ਜ਼ਿਆਦਾ ਹਨ, ਜਿਹਨਾਂ ਕੋਲ ਅਸੀਂ ਇਸ ਦੌਰਾਨ ਪਤਾ ਲੱਗਿਆ ਕਿ ਹਜ਼ਾਰਾਂ ਹੀ ਲੋਕ ਹੁਸ਼ਿਆਰਪੁਰ ਦੇ ਲੱਗੇ ਹਨ ਜਿਹਨਾਂ ਕੋਲ ਘਰ ਹੀ ਨਹੀਂ ਹੈ, ਖੁੱਲ੍ਹੇ ਸਮਾਨ 'ਚ ਜਾਂ ਝੁੱਗੀਆਂ 'ਚ ਸੌਣ ਵਾਲੇ ਲੋਕ ਹਨ ਉਹ, ਅਤੇ ਜਿਹਨਾਂ ਦੀ ਕਦੇ ਕਿਸੇ ਨੇ ਸਾਰ ਹੀ ਨਹੀਂ ਲਈ। ਅਸੀਂ ਪੰਜਾਬ 'ਚ ਵੱਡੇ ਵੱਡੇ ਮਸਲੇ, ਲੜਾਈਆਂ, ਪੋਲੀਟਿਕਸ, ਹੋਰ ਸਭ ਕੁਛ ਚੱਲ ਰਹੀ ਆ, ਪਰ ਜਿਹੜੇ ਬੇਘਰੇ ਆ ਉਹਨਾਂ ਨੂੰ ਵੱਲ ਕਦੇ ਕਿਸੇ ਦਾ ਧਿਆਨ ਨਹੀਂ ਦਿੱਤਾ। ਪਹਿਲਾਂ ਤਾਂ ਸੰਸਥਾ ਜਦੋਂ ਚਲਾਈ, ਪਹਿਲੇ 5 ਘਰ ਤਾਂ ਮੈਂ ਆਪ ਹੀ ਬਣਾਏ ਸੀ, ਫਿਰ ਮੇਰੇ ਨਾਲ ਕਿਸੇ ਕੋਲੋਂ ਪੈਸੇ ਮੰਗੇ ਨਹੀਂ। ਇੱਥੇ ਸ਼ਹਿਰ 'ਚੋਂ ਸਰਦਾਰ ਜਸਪਾਲ ਸਿੰਘ ਜੀ ਅਕਾਊਂਟੈਂਟ ਵਕੀਲ ਆ, ਉਹਨਾਂ ਨੇ ਸਾਥ ਦਿੱਤਾ। ਜਸਜੀਤ ਸਿੰਘ ਆਲੂਵਾਲੀਆ ਜੀ ਚੰਡੀਗੜ੍ਹ ਤੋਂ ਹਨ, ਇਹ ਹੋਰ ਕਾਫੀ ਸੱਜਣ ਸ਼ਹਿਰ 'ਚ, ਗੁਰਦੀਪ ਸਿੰਘ ਜੀ ਆਪਣੇ ਮਿਊਜ਼ਿਕ ਡਾਇਰੈਕਟਰ ਹਨ ਸ਼ੇਰਗੜ੍ਹ ਵਾਲੇ, ਉਹਨਾਂ ਨੇ ਸਾਥ ਦਿੱਤਾ। ਫਿਰ ਵਿਦੇਸ਼ਾਂ ਤੋਂ ਬਹੁਤ ਸਾਥ ਆਇਆ, ਖਾਸ ਕਰ ਅਮਰੀਕਾ ਤੋਂ, ਫਿਨਲੈਂਡ ਤੋਂ ਬੀਬੀਆਂ, ਸਿੱਖ ਬੀਬੀਆਂ ਨੇ, ਉਹਨਾਂ ਨੇ ਵੀ 2 ਘਰ ਬਣਵਾਏ। ਕੰਨੀਆਂ ਔਰਤਾਂ ਇੱਥੇ ਹੈਗੀਆਂ, 2 ਭੈਣਾਂ ਅੰਨੀਆਂ ਹੀ ਆ, ਉਹਨਾਂ ਲਈ ਉਹਨਾਂ ਨੇ ਘਰ ਬਣਾ ਕੇ ਦਿੱਤੇ ਆ 2। ਅੱਛਾ, ਸਾਡਾ ਸੈਂਕੜੇ ਘਰਾਂ ਦੇ ਵਿੱਚ ਤਾਂ ਚਲੇ ਜਾਏਗਾ, ਜਿਸ ਤਰ੍ਹਾਂ ਰਿਸਪੋਂਸ ਆ ਰਿਹਾ ਹੈਗਾ ਸਾਰੇ ਪਾਸਿਆਂ ਤੋਂ। ਇਸ ਦੀ ਇੱਕ ਮੂਵਮੈਂਟ ਜੀ ਚੱਲ ਪਈ ਆ ਹੁਣ, ਜਿਹੜਾ ਜਿਸ ਬਾਰੇ ਕਿ ਪਹਿਲਾਂ ਪਤਾ ਹੀ ਨਹੀਂ ਸੀ। ਪਹਿਲਾਂ ਦਾਨ ਹੋਰ ਪਾਸੇ ਦਿੱਤਾ ਜਾਂਦਾ ਸੀਗਾ, ਧਾਰਮਿਕ ਸਥਾਨਾਂ 'ਤੇ ਦਿੱਤਾ ਜਾਂਦਾ ਸੀ, ਅਤੇ ਹੋਰ ਵੀ ਕਈ ਸਕੂਲਾਂ ਦੇ ਵਿੱਚ
एजुकेशनल संस्थावां दे विच बहुत चंगी गल सी, चलो वह भी, पर वह दान दे विच कई कपड़े हो गए। फिर असी हुण इह जिहड़ा नवी असी रीत चलाई हैगी कि घर बनाउण दी, इहदे विच जिहड़ा दान दिता होया वह सारे का सारा ही घर ते लगता, घर बंदा स्पोंसर करता, ते वह अज भी देख सकता है, वह अज तो कुछ साल बाद भी उहनूं देख सकता है, 20-30 साल बाद भी देख सकता, वह घर उत्थे दा उत्थे होना। ते इक इहनां नूं बहुत सुकून मिलता जिहदा घर बनता, सानूं बनाउण वालिआं नूं भी मिलता कि किसे दा असीं छत पा के दित्ती है।